ਹਾਂਜੀ, ਵੈਲਕਮ ਜੀ ਸਾਡਾ ਆਪਣੇ ਹੋਰ ਨਵੇਂ ਵਲੌਗ ਦੇ ਵਿੱਚ। ਲਓ ਵੀ ਤੜਕੇ ਤੜਕੇ ਉੱਠ ਕੇ ਪਹਿਲਾਂ ਤਾਂ ਆਪਾਂ ਡਾਏ ਕਬੂਤਰ ਜਿਹੜੇ ਤਿੰਨ ਡਾਉਣੇ ਸੀ, ਅੱਜ ਡਾਈ ਸੀ ਉਹਨਾਂ ਦੀ। ਇੱਕ ਤਾਂ ਆ ਜਾਂਦਾ, ਇਹ ਹੋ ਜਾਂਦਾ। ਮੌਸਮ ਬਾਹਲਾ ਖਰਾਬ ਆ ਨਾ ਅੱਜ ਦਾ, ਹੋਰ ਕੀ। ਠੰਡੇ ਦਿਨਾਂ 'ਚ ਉੱਠਦੀ ਨਹੀਂ ਘਰੇ ਕਬੂਤਰ, ਚੱਜ ਨਾਲ ਦੋ ਘੰਟੇ ਲਾਉਂਦੇ ਬਹਿ ਜਾਂਦੇ ਆ। ਕੱਲ੍ਹ ਧੁੱਪ ਸੀ, ਕੱਲ੍ਹ ਘੁੰਮ ਘੁੰਮ ਤਾਂ ਨਹੀਂ ਆਉਂਦੇ। ਆ ਜਾਂਦਾ ਇੱਕ ਆ ਜਾਂਦਾ ਇੱਕ। ਕੱਲ੍ਹ ਦੀ ਇੱਕ ਕੱਲ੍ਹ ਰਾਤ ਕਬੂਤਰੀ ਬਾਹਰ ਰਹਿ ਗਈ ਸੀ, ਕੱਲ੍ਹ ਵਲੌਗ ਨਹੀਂ ਬਣਾਇਆ ਹੈਗਾ। ਉਹ ਇੱਕ ਸਵੇਰੇ ਆ ਗਈ, ਦੋ ਰਾਤ ਰਹੀਆਂ ਸੀ ਉੱਪਰ, ਇੱਕ ਘਰੇ ਆ ਗਈ ਅਤੇ ਇੱਕ ਹਲੇ ਫਿਰਦੀ ਆ, ਉਹ ਆ ਜੂਗੀ ਦੋ ਘੰਟਿਆਂ ਤੱਕ। ਹਾਂ ਵੀ ਅੱਜ ਵੱਢਣੀ ਆ ਕਣਕ, ਬਦਾਮ ਬਦੂਮ ਸ਼ੈਲ 'ਤੇ ਕਣਕ ਵੱਢਣੀ ਅੱਜ, ਅਤੇ ਨਾਲ ਚੱਲਦੀ ਹੈ ਚਾਹ ਮੇਰੇ ਵੀਰੋ। ਚਾਹ ਚੂਹ ਪੀ ਕੇ ਚੱਲਦੇ ਹਾਂ, ਟਰੈਕਟਰ ਲੈ ਕੇ ਟਾਹਲੀ ਪਾ ਕੇ ਖੇਤ ਪਹੁੰਚਦੇ ਹਾਂ। ਇੱਕ ਟਰੈਕਟਰ ਤਾਂ ਗਿਆ ਆਪਣਾ, ਅਤੇ ਖੁੱਡੇ 'ਚ ਡੰਡੇ ਜੇ ਲਾਏ ਦਿਖਾ ਦਈਏ ਨਵੇਂ, ਗੇਟ ਖੋਲ੍ਹੀ ਮਾੜਾ ਆ। ਕੱਲ੍ਹ ਅਸੀਂ ਰਾਤ ਡੰਡੇ ਵੀ ਲਾਏ, 9 ਕੁ ਵੱਜ ਗਏ ਸਾਨੂੰ। ਕੱਲ੍ਹ ਅਸੀਂ ਵਲੌਗ ਬਣਾਉਣੀ ਭੁੱਲ ਭੁੱਲ ਗਏ, ਆ ਬੈਠੇ ਕਾਲੀ ਪੂੰਛ ਵਾਲੀ ਆਪਣੀ। ਆਹ ਦੇਖੋ ਵੀ ਬਹਿਣ ਨੂੰ ਆਏ ਆਪਾਂ ਡੰਡੇ ਲਾ 'ਤੇ। ਇੱਕ ਆਹ ਡੰਡਾ, ਇੱਕ ਇੱਧਰ ਪਾਸੇ ਲੰਬਾ, ਅਤੇ ਉਹ ਥੱਲੇ ਵੜ ਜਾਂਦੇ ਸੀਗੇ, ਉੱਥੇ ਲਾ ਤੀ ਫੱਟੀ, ਅਤੇ ਉਹ ਬਾਰੀ ਕਰਤੀ ਬੰਦ। ਹੁਣ ਡੰਡਿਆਂ 'ਤੇ ਬੈਠਿਆ ਕਰਨਗੇ, ਥੱਲੇ ਅਸੀਂ ਬੈਠਣ ਨਹੀਂ ਦਿੰਦੇ ਜ਼ਿਆਦਾਤਰ। ਓਕੇ, ਏਅਰਪੋਰਟ ਜਮਾਂ ਹੀ। ਹੁਣ ਇੱਧਰ ਕਬੂਤਰ ਆ, ਅਤੇ ਬਾਕੀ ਆਪਾਂ ਡੋਲੀ 'ਚ ਰੱਖਣ ਲੱਗ ਗਏ। ਅੱਜ ਨਾਲੇ ਨਵੀਂ ਡੋਲੀ ਵੀ ਲੈ ਕੇ ਆਉਣੀ ਮੇਰੇ ਵੀਰੇ, ਸਾਡਾ ਡੋਲੀ ਅੱਜ ਨਵੀਂ ਬਣ ਜਾਣੀ ਆ, ਉਹ ਸ਼ਾਮ ਨੂੰ ਆਪਾਂ ਚੱਕ ਕੇ ਲੈ ਕੇ ਆਵਾਂਗੇ। 6 ਖਾਨੇ ਵਾਲੀ ਬਣਾਈ ਆ ਕਿ 8 ਵਾਲੀ, ਉਹ ਤੁਹਾਨੂੰ ਅੱਗੇ ਅੱਗੇ ਦੱਸਾਂਗੇ। ਡਰਾਈਵਰ ਹੋਣੀ ਕਹਿੰਦੇ ਛੋਟੀ ਤੋਂ ਡਰੀ ਜਾਂਦੇ ਆ, ਛੋਟੀ ਕਦੂਰੀ ਜੀ ਤੋਂ ਕਦੂਰੀ ਦਾ ਡਰਦਾ। ਚੱਲ ਸੱਦ ਕੋਲੇ, ਚੱਲ ਚੱਲ ਇੱਧਰ ਆ ਇੱਧਰ। ਹਾਂ ਪਹਿਲਾਂ ਤਾਂ ਕੁਰਸੀ 'ਤੇ ਬਹਿ ਕੇ ਚੌਂਗਣੀ ਮਾਰ ਕੇ, ਹੁਣ ਵੱਢੂ ਦੰਦੀ ਤੇਰੇ, ਵੱਢੂ ਵੱਢੂ ਦੰਦੀ ਵੱਢੂ ਹੁਣ ਤੇਰੇ। ਕਹਿੰਦੇ ਲੱਗ ਗਿਆ ਡਰ, ਨਹੀਂ ਡਰਦਾ ਲੈ, ਹੁਣ ਤਾਂ ਡਰਦਾ ਸੀ। ਚੱਕ ਕੇ ਗੋਦੀ 'ਚ ਬਿਠਾ, ਫੇਰ ਮੰਨ ਜਾਵਾਂਗੇ। ਲੈ ਚੱਕ ਕੇ ਗੋਦੀ 'ਚ ਬਿਠਾ, ਗੋਦੀ 'ਚ ਬਿਠਾ ਚੱਕ ਕੇ। ਨਹੀਂ ਨਹੀਂ ਤੂੰ ਗੋਦੀ 'ਚ ਬਿਠਾ ਚੱਕ ਕੇ। ਹਾਂ 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 ਫੜੇਗਾ ਤਾਂ ਹੀ ਆ, ਹੱਥ ਸੱਦ ਕੋਲੇ ਨੂੰ ਸੱਦ ਸੱਦ ਫੜ ਲਾ, ਹੁਣ ਇੰਨੇ ਟਾਈਮ ਤਾਂ ਲਾਈਦਾ ਹੀ। ਲੈ ਬਈ ਦੇ ਲਓ ਫੜਦਾ ਕਦੂਰੀਆਂ, ਬਿਠਾ ਗੋਦੀ 'ਚ, ਬਿਠਾ ਗੋਦੀ 'ਚ, ਬਿਠਾ ਹੁਣ, ਛੱਡ ਵੀ ਹੱਥੋਂ ਹੱਥੋਂ ਛੱਡ, ਛਾਲ ਮਾਰਨੀ ਮੇਰੇ ਵੀਰੇ। ਰੈੱਡ ਹਾਊਸ ਕਰਨ ਲੱਗਿਆ ਸਟਾਰਟ ਕਬੂਤਰਾਂ ਵਾਲੇ ਪਾਸੋਂ, ਅੱਜ ਆਪਾਂ ਵਿਹਲੇ ਹੋ ਗਏ, ਜਿਹੜੇ 3 ਕਬੂਤਰ ਡਾਏ ਸੀ ਉਹ ਆਪਾਂ ਲਾ ਲਏ, ਅਤੇ ਉਹਨਾਂ ਨੂੰ ਵੀ ਬਦਾਮ ਪਾ ਤੇ। ਕੱਪੜਾ ਕਿੱਥੇ ਆ, ਟਰੈਕਟਰ ਲਿਬੜਾ ਹੀ ਬਹੁਤ ਪਿਆ ਮੇਰੇ ਵੀਰੇ, ਜਰਾ ਗੱਲਬਾਤ ਹੋਈ ਪਈ ਆ। ਲਓ ਵੀ ਰੈੱਡ ਹਾਊਸ ਲੱਗਿਆ ਕਰਨ ਸਟਾਰਟ, ਪਹਿਲਾਂ ਕਰਕੇ ਦੇਖੀਏ। ਨਹੀਂ ਚੱਲ ਵੀ ਨਹੀਂ ਹੋਣਾ, ਜਦ ਕਹਿ ਤਾ ਸ਼ਰਤ ਲਾ ਲਈ, ਹੈਲਾ ਤੇਰੇ ਵੱਲੋਂ ਹੁਣ ਜਨਾ ਹੋਇਆ। ਹਾਂ ਇਹਨੂੰ ਖਿੱਚ ਕੇ ਤੂੰ ਅੱਜ ਹੀ ਸਟਾਰਟ ਕਰ ਲਏ, ਬਾ ਨਹੀਂ ਹੋਣਾ, ਇਹਨੇ ਜਮਾ ਹੀ ਬੰਦ ਹੋ ਜਾਣਾ, ਤੈਥੋਂ ਧੱਕਾ ਵੀ ਨਹੀਂ ਲੱਗਣਾ ਇਕੱਲੇ ਤੋਂ। ਫਿਰ ਲਾ ਧੱਕਾ, ਤੈਨੂੰ ਬੈਟਰੀ 'ਚ ਪਾਵਰ ਦਿੰਦੀ ਆ ਵੀ ਉਹ ਸਟਾਰਟ ਕਰ ਦੂ, ਆਪਦਾ ਦਿਮਾਗ ਵਾਲਾ ਨਾ ਲਾਇਆ ਕਰ ਤੂੰ। ਚੱਲ ਗੇਅਰ ਤਾਂ ਗੇਅਰ ਪਾ ਕੇ ਸਟਾਰਟ ਹੋਊਗਾ, ਚੱਲ ਲੱਗੇ ਜਾਣਾ, ਚੱਲ ਮਾੜਾ ਗੇਅਰਾਂ ਧੋਦੇ ਆ, ਚੱਲ 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 ਲਾ ਹੁਣ, ਚੱਲ ਚੱਕਦੇ ਹੁਣ, ਚੱਕਦੇ 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 ਚੱਕਦੇ, ਇੱਧਰੋਂ ਕੱਪੜਾ ਆ ਗਿਆ, ਚੱਕਦੇ ਚੱਕਦੇ ਚੱਕਦੇ, ਟਾਇਰਾਂ ਤੋਂ ਲਾ, ਮਗਰਾਹਟ ਤੋਂ ਨਹੀਂ ਲੱਗਣਾ, ਲਾ ਟਾਇਰਾਂ ਨੂੰ ਮਰ ਗਿਆ, ਕੇਰਾਂ ਜ਼ੋਰ ਜਿਹਾ ਲਾ ਦੇ ਮਾੜੇ ਜਿਹੇ ਨਾਲ, ਤੈਨੂੰ ਪਤਾ ਇਹਨੇ ਸਟਾਰਟ ਹੋਇਆ। ਚੱਲ 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 ਚੱਲ, ਹਾਂ ਲੱਗਿਆ ਜ਼ੋਰ, ਲੈ ਵੀ ਆ ਗਿਆ, ਸ਼ਕਤੀਮਾਨ ਸ਼ਕਤੀਮਾਨ ਸ਼ਕਤੀਮਾਨ, ਚੱਕਦੇ 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 ਚੱਕਦੇ, ਧੱਕਾ ਹੀ ਵਾਲਾ ਸਲੋ ਲਾਉਣਾ ਯਾਰ,
ਐ ਕਰ ਪਹਿਲਾਂ ਮੂਹਰੇ ਨੂੰ ਕਰ ਲਾ, ਫਿਰ ਪਿੱਛੇ ਨੂੰ ਇੱਕਦਮ ਲਾ ਦੇ, ਮੂਹਰੇ ਨੂੰ ਲਾ ਕੇ ਦੇਖ ਲਾ, ਮੂਹਰੇ ਨੂੰ ਤਾਂ ਇੱਥੋਂ ਲੱਗਣਾ ਨੀ ਪਰ ਹੁਣ ਮੂਹਰੇ ਮੂਹਰੇ ਤੇਰੇ ਮੈਂ ਨਾਲ ਕਰਾਉਣਾ, ਚੱਲ ਮੂਹਰੇ ਕਰ ਲੈਣੇ ਆਪਾਂ, ਫਿਰ ਮਗਰ ਨੂੰ ਲਾਈ, ਚੱਲ 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 ਚੱਲ। ਕਹਿੰਦੇ ਹੁਣ ਇੱਕ ਬੰਦਾ ਹੋਰ ਸੱਦ ਰਿਹਾ, ਚੱਲ ਤੇਜ਼ ਲਾਈ ਪਹਿਲਾਂ ਹੀ ਪੂਰਾ, ਚੱਲ 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 ਲਓ, ਇੰਨੇ ਕੁ ਨਾਲ ਸਟਾਰਟ ਹੋ ਜਾਂਦਾ ਅੱਜ ਦੇ ਅਲਟੀਮੇਟਰ ਵੀ ਨਵਾਂ ਲਾ ਦੇਣਾ ਮੇਰੇ ਵੀਰੋ, BMW ਦਾ ਲਾਉਣਾ ਵੀ। ਕਹਿੰਦੇ ਹੁਣ ਆਪਾਂ ਚੱਲਦੇ ਹਾਂ ਮੋਟਰ ਤੇ ਮੇਰੇ ਵੀਰੋ, ਪਹਿਲਾਂ ਆਪਾਂ ਪਾ ਲਈ ਟਰਾਲੀ ਜਾ ਕੇ, ਇੱਕ ਟਰਾਲੀ ਤਾਂ ਗਈ ਆਪਣੀ, ਇੱਥੋਂ ਆਪਾਂ ਲੈ ਕੇ ਆਉਣੀ ਆ ਟਰਾਲੀ, ਟਰਾਲੀ ਮੁੱਲਾਪੁਰੋਂ ਆ ਰਹੀ ਆ, ਇੱਧਰ ਹੈਗਾ ਮੁੱਲਾਪੁਰ ਛੋਕਰਾਂ ਟੱਪ ਕੇ ਮੇਰੇ ਵੀਰੋ, ਦੋ ਚਾਰ ਪਿੰਡ ਹੋਰ ਟੱਪ ਕੇ, ਹੁਣ ਇੱਥੇ ਖੜਨਾ ਪੈਣਾ 10-15 ਮਿੰਟ, ਫਿਰ ਟਰਾਲੀ ਲੈ ਕੇ ਚੱਲਦੇ ਆ। ਆਹ ਬੰਦਾ ਰੀਲ ਬਣਾਉਣ ਲੱਗਾ ਸੀਗਾ, ਹਾਂ ਵੀ ਕੀ ਹੋਇਆ, ਰੀਲ ਬਣਾਉਣ ਲੱਗਾ ਸੀ, ਪੈਰ ਦਾ ਮਾਸ ਲਿਆ ਗਿਆ, ਦਿਖਾ ਦਾ ਓਹੋ ਇੱਡੀ ਸੱਟ ਲੱਗੀ, ਬਾਹਲੀ ਵੱਡੀ ਸੱਟ ਲੱਗੀ, ਆਹ ਕਲਚ ਨੱਪਣ ਲੱਗਿਆ ਹੁਣ, ਇੱਥੋਂ ਪੈਰ ਤਰਕ ਗਿਆ ਹੁਣ, ਇਹ 'ਚ ਵੱਜਿਆ ਹੋਊ ਇਹਦਾ, ਇਹ ਬਣਾਉਣਗੇ ਰੀਲਾਂ। ਕਹਿੰਦੇ ਟਰਾਲੀ ਪਹੁੰਚ ਗਈ ਮੇਰੇ ਵੀਰੋ, ਨੀਲੇ ਰੰਗ ਦੀ ਪਹੁੰਚ ਗਈ ਟਰਾਲੀ, ਚੱਲ ਉੱਤਰ ਬਾਹਰ ਟਰਾਲੀ, ਚੱਲ ਉੱਤਰ, ਪੈਰ ਦਾ ਮਾਸ ਲੈ ਗਿਆ ਨਾ, ਬਾਹਲਾ ਵੱਡਾ ਹੋ ਗਿਆ, ਝਟਕਾ ਲਾ ਗਿਆ। ਲਓ ਵੀ ਇਦੂ ਬਾਅਦ ਚੱਲਦੇ ਆਮਣੇ ਵਾਲੀ ਮੋਟਰ 'ਤੇ ਮਸ਼ੀਨ ਲੱਗੀ ਹੋਈ ਆ, ਜੌਂਡੀਅਰ ਮਗਰ ਜਿਹੜੀ ਟਰਾਲੀ ਉਹ ਦਾਣੇ ਪਵਾਈ ਜਾਂਦੀ ਆ, ਅਤੇ ਆਪਾਂ ਇਹਦੇ ਮਗਰ ਪਵਾਵਾਂਗੇ, ਫੀਲ ਲਵਾਵਾਂਗੇ ਜ਼ੋਰ ਮੇਰੀ ਵੀਰੋ। ਪਰ ਇੰਨੀ ਕੁ ਨੂੰ ਕਹਿੰਦੇ ਕੀ ਮੰਨਣਾ, ਟਰਬੋ ਏਡਾ ਲਾ ਤਾ 45,000 ਰੁਪਇਆ ਟਰਬੋ 'ਤੇ ਲਾ ਤਾ, ਹਾਲੇ ਵੀ ਆਹ ਟਰਾਲੀ 'ਤੇ ਦਬੂਗਾ ਇਹ। ਟਰਾਲੀ ਲਈ ਪਾ ਡਰਾਈਵਰ, ਪੈਨ ਪੁੰਨ ਪਾ ਲਈ ਕੈਰੀ ਕਰਕੇ, ਹੋਰ ਐਂ ਪਤਾ ਲੱਗੇ ਟਰਾਲੀ ਪਿੱਛੇ ਹੀ ਰਹਿ ਗਈ, ਪੈਨ ਪੁੰਨ ਪਾ ਦੀ। ਇਦੂ ਬਾਅਦ ਚੱਲਦੇ ਹਾਂ ਮੋਟਰ 'ਤੇ ਮੇਰੇ ਵੀਰੋ, ਅਤੇ ਇੱਧਰ ਮੋਟਰ 'ਤੇ ਪਹੁੰਚ ਗਿਆ, ਇੱਕ ਟਰਾਲੀ ਹੋ ਗਈ ਫੁੱਲ, ਇਹ ਚੱਲੀ ਮੰਡੀ 'ਚ, ਇੱਕ ਟਰਾਲੀ ਹੋ ਗਈ ਬਾਏ ਬਾਏ, ਅਤੇ ਮਸ਼ੀਨ ਦੇ ਮਗਰ ਮਗਰ ਜਾਣਾ ਆਪਾਂ ਦੂਜੀ ਮੋਟਰ 'ਤੇ। ਹੁਣ ਰੈੱਡ ਔਰ ਸਾਹਮਣੇ ਕਿਹੜਾ ਸਟਾਰਟ ਹੀ, ਇਹ ਬੱਟੂ ਸਟਾਰਟ ਹੀ ਰੱਖਣਾ ਪੈਣਾ ਵਾ, ਜਦ ਤੱਕ ਅਲਟੀਮੇਟਰ ਨਹੀਂ ਲੱਗਦਾ ਨਾ, ਉਹ ਆਪਾਂ ਤੇਲ ਫੂਕ ਦੇਣਾ ਨਾ, ਅਸੀਂ ਸਟਾਰਟ ਰੱਖ ਕੇ, ਅੱਜ ਕਿੰਨਾ ਹੀ ਤੇਲ ਫੂਕ ਦੇਣਾ, ਅੱਜ ਰਾਤ ਨੂੰ ਸ਼ਾਇਦ ਅਲਟੀਮੇਟਰ ਲੱਗ ਜਾਵੇ। ਚੱਲੀਏ ਕਹਿੰਦੇ, ਜਗ੍ਹਾ ਪੂਰੀ ਪੂਰੀ ਹੋਈ ਆ, ਪਹਿਲਾਂ ਪਾਥੀਆਂ ਮਹਿਕ ਦੀਆਂ, ਪਾਥੀਆਂ ਤਾਂ ਹੁਣ ਮਾੜੀਆਂ ਮੋਟੀਆਂ ਦਾ ਹੋਣਾ, ਉਹ ਤਾਂ ਪਈਆਂ ਵੀ ਛੋਟੀਆਂ ਛੋਟੀਆਂ ਰਹਿ ਗਈਆਂ ਨਾ, ਮਸ਼ੀਨ ਮਸਾਂ ਹੀ ਲੰਘਦੀ ਆ, ਟਰਾਲੀ ਦਾ ਚੱਲ ਲੰਘਣੀ ਹੋਈ ਆ, ਤਾਂ ਪੂਰੀ ਪੂਰੀ ਲੰਘ ਜਾਂਦੀ ਟਰਾਲੀ ਦਾ, ਮਸ਼ੀਨ ਵੀ ਐਨ ਪੂਰੀ, ਇਹ ਨਹੀਂ ਪਤਾ ਅੱਧਾ ਖਾਲ ਚਲਾਉਣਾ ਪਵੇ ਗਾਂਹ ਜਾ ਕੇ, ਬਾਹਲਾ ਔਖਾ ਵਾ ਮਸ਼ੀਨਾਂ ਲੰਘਣ ਨੂੰ, ਹੁਣ ਜਗ੍ਹਾ ਘੱਟ ਹੀ ਆ, ਐਂ ਪਰੇ ਕਰਨਾ ਪੈਂਦਾ ਸਮਾਨ। ਆਉਂਦਿਆਂ ਨੂੰ ਸਾਨੂੰ ਡੱਬਾ ਮਿਲ ਗਿਆ ਜੀ ਬੇਸਣ ਵਾਲੀ ਬਰਫੀ, ਸਿਆਗਤ ਨਹੀਂ ਆ ਖਾ ਲੈਣੀ ਹੈ, ਸਾਰਾ ਡੱਬਾ ਖਾਇਆ ਚਾਹੇ ਤੂੰ, ਤੈਨੂੰ ਖੁੱਲ੍ਹ ਛੋਟ ਆ, ਤੇਰਾ ਸਰੀਰ ਆਪਾਂ ਕਰ ਦੇਣਾ ਤਗੜਾ, ਤੈਨੂੰ ਬਾਜੀਆਂ ਬੂਜੀਆਂ 'ਤੇ ਵੀ ਲੈ ਕੇ ਜਾਏਗਾ ਆਪਾਂ ਨਾਲ, ਚੱਲੀਏ। ਉਹ ਬਹੁਤ ਯਾਰ ਊਂ ਮੰਗ ਲਾ, ਆਹ ਦੇਖ ਲਾ ਲੈ, ਉਹ ਡੈਪੀ ਲੈ, ਊਂ ਮੰਗ ਲਾ ਜਾ ਯਾਰ। ਲਓ ਵੀ ਮਿੱਤਰੋ ਦੂਜੀ ਮੋਟਰ 'ਤੇ ਪਹੁੰਚ ਗਏ, ਇੱਧਰ ਆਪਣਾ ਥੱਲੇ ਵਾਲਾ 11 ਸਾਲ ਚਾਹ ਚੂ ਪੀਂਦਿਆ ਬਾਈ ਹੁਣੀ, ਹਾਂ ਵੀ ਡੱਬਾ ਖਾ ਲਿਆ ਮੁੰਡੇ ਨੇ, ਕਹਿੰਦੇ ਹੱਥ ਚੋ ਡਗਾਤੀ ਵੀ ਆਏ ਨੀ ਡੱਬੇ ਚੱਕ ਕੇ, ਕਹਿੰਦੀ ਮੈਂ ਖਾ ਲਵਾਂ ਇੱਕ ਹੋਰ, ਖਵਾਈ ਯਾਰ ਮਾੜਾ ਦਰਸ਼ਨ ਕਰਾ ਲਈ, ਫਿਰ ਕੀ ਆ ਆਪੇ ਹੀ ਖਾਣੀ ਆ, ਸ਼ੂਗਰ ਸ਼ਾਗਰ ਆਪਣੇ ਨੇੜੇ ਨੀ ਆਉਂਦੀ, ਕੰਮ ਕੈਡਾ ਹੀ ਰੱਖੀ ਦਾ, ਉੱਧਰ ਜਾਣੂ ਸੈੱਟ ਵੈੱਟ ਕਰਦੇ ਆ ਮਸ਼ੀਨ, ਜਾਣੂ ਇੱਧਰ ਖਾਣਾ ਪੀਣਾ ਹੋ ਜੇ, ਪੀਨੇ ਆ ਫਿਰ ਚਾਹ, ਉੱਧਰ ਮੋਟਰ 'ਤੇ ਚੱਲ ਕੇ ਚਾਹ ਵੀ ਆਈ ਹੋਈ ਆ। ਭਰਾ ਬਾਈ ਨੂੰ ਕਹਿ ਹਾਰਨ ਤਾਂ ਮਾਰਦੇ ਯਾਰ, ਕਿੰਨਾ ਟਾਈਮ ਹੋ ਗਿਆ ਖੜਿਆਂ ਨੂੰ, ਝਾੜ ਕਿਹਾ ਜਾਊਗਾ ਨਾ,
ਆਪ ਨਹੀਂ ਹਾਰਨ ਮਾਰੀ ਜਾਂਦਾ ਮਸ਼ੀਨ ਵਾਲੇ ਨੂੰ ਕਦੇ ਨਹੀਂ ਡਿਸਟਰਬ ਕਰੀ ਜਾਂਦਾ ਜਾ ਯਾਰ ਲੋ ਵੀ ਬਾਟੇ ਇੱਕ ਪਰ ਵਾਲੇ ਲੋ ਵੀ ਫਾਈਨਲੀ ਹਾਰਨ ਵੱਜ ਗਿਆ ਕਹਿੰਦੇ ਖੁਸ਼ੀ ਹੋ ਰਹੀ ਆ ਕੋਈ ਮੋੜ ਕੇ ਲੈ ਹੁਣ ਪਵਾ ਲਏ ਭਾਈ ਗੱਲ ਹੰਗਰੀ ਮੋੜ ਦੀ ਹੋਈ ਓ ਕੋਈ ਨਹੀਂ ਨਹੀਂ ਹੰਗਰੀ ਮੋੜ ਦੀ ਗੱਲ ਹੋਈ ਦਾ ਪਹਿਲਾ ਅਟੈਕ ਆਪਣੇ ਟਰਾਲੀ 'ਚ ਪਵਾ ਲਿਆ ਡਰਾਈਵਰ ਉਹ ਆਉਂਦਾ ਮੂੰਹ ਤਾਂ ਕੀ ਕਰ ਤੋਂ ਡਰਦਾ ਇਹ ਜਿਹਦੀ ਉੱਤਰ ਗਿਆ ਛਾਲ ਮਾਰ ਕੇ ਕਹਿੰਦੇ ਹੁਣ ਆਪਾਂ ਉੱਪਰਲੇ ਖੇਤ ਜਾ ਕੇ ਟੋਏ ਵਾਲਾ ਖੇਤ ਆਪਣਾ ਗਿਆ ਵੱਢਿਆ ਮਸ਼ੀਨ ਸਹਿਮ ਦੇ ਸਾਹਮਣੇ ਚੱਲੀ ਜਾਂਦੀ ਆ ਡਰਾਈਵਰ ਨਾਲ ਮੌਸਮ ਠੰਡਾ ਹੋ ਗਿਆ ਨਾ ਕਬੂਤਰਾਂ ਲਈ ਪਰ ਇਹ ਗਲਤ ਆ ਸਾਨੂੰ ਚਾਹੀਦਾ 40 ਟੈਂਪਰੇਚਰ ਫੇਰ ਸਵਾਦ ਆਉਂਦਾ ਪੂਰਾ ਮੈਂ ਵੀ ਇੱਥੇ ਕੁ ਰੋਕ ਲੈਂਦੇ ਹਾਂ ਜਦੋਂ ਮਸ਼ੀਨ ਨੇ ਮਾਰਤਾ ਹਾਰਨ ਦੂਜੇ ਖੇਤ 'ਚ ਲੈ ਜਾਂਗੇ ਬਟਨ ਟਪਾ ਕੇ ਕਿਹੜਾ ਇੱਕ ਹੋਰ ਕਹਿੰਦੇ ਫਲ ਹੋ ਗਿਆ ਸੀਗਾ ਆ ਗਏ ਆਪਾਂ ਪਵਾਉਣ ਹਾਰਨ ਵੱਜ ਗਿਆ ਜੀ ਕਰਤਾਰ ਵਾਲਿਆਂ ਦੀ ਕਹਿੰਦੇ ਨਵੀਂ ਮਸ਼ੀਨ ਹੈ ਬਹੁਤ ਘੈਂਟ ਚੱਲਦੀ ਸਾਈਲੈਂਟ 'ਚ ਹੋਈ ਆਵਾਜ਼ ਵੀ ਬੜੀ ਘੱਟ ਹੈ ਜੀ ਤਾਂ ਪਿਛਲੇ ਵਾਰ ਨਾਲੋਂ ਕਹਿੰਦੇ ਟਰਾਲੀ ਫੁੱਲ ਹੋਣ ਵਾਲੀ ਆ ਤਿੰਨ ਕੱਟੇ ਇੱਕ ਹੋਰ ਪੈਣੇ ਆ ਅੱਜ ਇਹਨੂੰ ਮੰਡੀ ਲਾਉਣ ਜਾਣਾ ਵਾ ਅਤੇ ਹੁਣ ਉਹ ਪਰਦਾ ਖੇਤ ਵੱਢਣ ਲੱਗ ਗਈ ਡਰਾਈਵਰ ਕਹਿੰਦੇ ਮੂਹਰੇ ਬੈਠਾ ਪੰਗੇ ਲੈਣ ਨੂੰ ਤਿਆਰ ਆ ਉਹ ਬੰਦ ਨਾ ਕਰ ਲਈ ਆੜੀ ਓਏ ਮੁੜ ਕੇ ਤੇ ਟੋਜਨ ਪਾ ਕੇ ਸਟਾਰਟ ਕਰਨਾ ਪੈਣਾ ਇਹ ਹੁਣ ਟਰਾਲੀ 'ਚ ਵਜਨ ਨਾ ਹੋ ਰਹੇ ਤੇ ਅਰਗ ਹਾਈ ਗੇਅਰ ਪਾ ਕੇ ਛੱਡ ਦੇਵੇ ਕਲੱਚ ਗੇਅਰ ਹੀ ਫਿਰ ਤਾਂ ਟਰੈਕਟਰ ਬੰਦ ਹੁੰਦਾ ਹੀ ਆ ਕਹਿੰਦਾ ਇੱਧਰ ਦੂਏ ਖੇਤ 'ਚ ਆ ਗਏ ਇੱਕੜਾ ਇੱਕ ਹੋਰ ਪਵਾ ਲਿਆ ਪਰ ਟਰਾਲੀ ਆਪਣੀ ਦੋ ਡਿੱਗਣਾ ਮੇਰੇ ਹਿਸਾਬ ਨਾਲ ਫੁੱਲ ਹੋ ਜੂ ਯਾਨੀ ਕਿ ਆਹ ਸਾਰਾ ਖੇਤ ਪਵਾ ਕੇ ਮਿਲਦਾ ਆਪਾਂ ਮੰਡੀ 'ਚ ਜਾਣਾ ਵਾ ਆਹ ਖੇਤ ਵੀ ਬਸ 10 ਕੁ ਜਿਹੜੇ ਰਹਿ ਗਏ ਹੁਣੇ ਆ ਚੱਲ ਚੱਲੀਏ ਬਾਈ ਰੋਟੀ ਆ ਗਈ ਰੋਟੀ ਖਾਣੀ ਆ ਹੁਣ ਡਰਾਈਵਰ ਨੂੰ ਭੁੱਖ ਵੀ ਬਹੁਤ ਛੇਤੀ ਲੱਗ ਰਹੀ ਆ ਅਸੀਂ ਤਾਂ ਹੰਗਰੀ ਪੈਣ ਦੀ ਗੱਲ ਹੋਈ ਸੀ ਹੰਗਰੀ ਪੈਣ ਵਾਲੀ ਗੱਲ ਤਾਂ ਪਰ ਤੇਰੇ ਤੇ ਨਹੀਂ ਘੱਟਦਾ ਬੇਇੱਜ਼ਤੀ ਸ਼ਰਤ ਲੱਗੀ ਸੀ ਪਰ ਬਾਅਦ 'ਚੋਂ ਇਹਨੇ ਆਪ ਹੀ ਨਾ ਕਹਿਤੀ ਸੀ ਸ਼ਰਤ ਨੂੰ ਕਿਹਾ ਸੀ ਇਹਨੇ ਨਾ ਤੂੰ ਨਾ ਕਹੀ ਨਹੀਂ ਹੈ ਫਰਮ ਕਰਨ ਲਈ ਗਈ ਮੈਂ ਕਿਹਾ ਰੁਕ ਜਾ 2 ਮਿੰਟ ਮੈਂ ਦੇਖਣ ਦੇ ਜਾ 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 ਤੇ ਟਰਾਲੀ ਹੋ ਗਈ ਫੁੱਲ ਇਹ ਚੱਲਦੇ ਆ ਮੰਡੀ 'ਚ ਲੈ ਕੇ ਟਰਪ ਦਾ ਕਮਾਲ ਆ ਸਵਾਦ ਹੀ ਬਹੁਤ ਆਉਂਦਾ ਜੋ ਤੀਆਂ ਦਾ ਆਰਾਮ ਨਾਲ ਹੀ ਜਾਂਦਾ ਟਰੈਕਟਰ ਇੱਧਰ ਸਾਡੀ 5-5 ਹਜ਼ਾਰ ਦੀ ਸ਼ਰਤ ਲੱਗ ਚੱਲੀ ਸੀ ਕਹਿੰਦੇ ਵੀ ਉਹ ਉਧਰੋਂ ਟਰਾਲੀ ਤਾਂ ਚਾੜ ਕੇ ਦਿਖਾਊਗਾ ਟਰੈਕਟਰ ਨਾਲ ਪਰ ਹੁਣ ਕੈਂਸਲ ਹੋ ਗਈ ਸ਼ਰਤ ਚੱਲਦੇ ਇਹਨੂੰ ਮੰਡੀ 'ਚ ਲਾਉਣ ਕਹਿੰਦੇ ਮੰਡੀ 'ਚ ਲਈ ਜਾਂਦੇ ਟਰਾਲੀ ਇੱਧਰ ਪਿਛੜੀਆਂ ਲਾਤੀਆਂ ਨੇ ਗਾਣਾ ਲਾ ਗਾਣਾ ਆਹ ਕੀ ਮੇਰੇ ਵੀਰੋ ਮੰਡੀ ਉਹ ਬੇਜਾਨ ਜਾਣ ਦਿੰਦੇ ਗਾਲਾਂ ਕੱਢੇ ਬਿੰਦੇ ਬਿੰਦੇ ਹਲੋ ਬਈਆ
ਮੰਡੀ ਜਾ ਕੇ। ਹਾਂ ਚੱਲ ਲਾ ਕਣਕ। ਹੈਂ ਕਿਹਦੀ? ਟਰੈਕਟਰ ਦੀ? ਮੋੜ ਕੇ ਟਰਾਲੀ ਫਿਰ ਆਉਣੀ ਮੇਰੀ ਬੈਕ ਆ ਇੱਥੇ। ਚੱਲ ਉੱਧਰ ਨੂੰ, ਉੱਧਰ ਨੂੰ, ਉੱਧਰ ਨੂੰ। ਤੀਜੀ ਮੋਟਰ ਤੇ ਸ਼ਾਮ ਹੋ ਗਈ ਤੇ ਹੁਣ ਆਪਣਾ ਸਾਰੀ ਟਰਾਲੀ ਚ ਸਮਾਨ ਪੈਣਾ। ਇਹ ਮਤਲਬ ਇੱਥੇ 3 ਕਿੱਲਿਆਂ 3 ਕਿੱਲਿਆਂ ਦਾ ਆਪਣੇ ਟਰਾਲੀ ਚ ਸਮਾਨ ਪਵਾ ਕੇ ਅੱਜ ਦਾ ਦਿਨ ਵਿਹਲੇ। ਮਤਲਬ ਅੱਜ ਇੰਨੀ ਕੀ ਕਣਕ ਵੱਢਣੀ ਆ, ਲਾਸਟ 3 ਕਿੱਲੇ ਆ। ਡਰਾਈਵਰ ਘਰੇ ਚੱਲੇ ਗਿਆ, ਮਸ਼ੀਨ ਚੱਲੀ ਜਾਂਦੀ ਆ ਜੋਰਾਂ ਸ਼ੋਰਾਂ ਤੇ। ਗੱਲਬਾਤ ਓਕੇ ਆ, ਕਹਿੰਦੇ ਮਸ਼ੀਨ ਵੀ ਕਰਤਾਰ ਵਾਲੇ ਦੀ ਬਾਈ ਹੁਣ ਨਵੀਂ ਲਿਆਂਦੀ ਆ ਆਪਣੀ। ਹਰੇਕ ਸਾਲ ਇਹਨਾਂ ਦੀ ਵੀ ਲੱਗਦੀ ਹੁੰਦੀ ਆ ਕਣਕ ਵੱਢਣ ਨੂੰ, ਝੋਨਾ ਵੱਢਣ ਨੂੰ ਮਸ਼ੀਨ। ਸ਼ਾਇਦ ਤੂੜੀ ਵਾਲੀ ਵੀ ਆਈ ਇਹਨਾਂ ਦੀ ਵੀ ਚੱਲੀ ਜਾਂਦੀ ਆ। ਕਹਿੰਦੇ ਰੈੱਡ ਹੌਸ ਸਵੇਰ ਦਾ 2 ਵਾਰ ਬੰਦ ਕੀਤਾ ਤੇ 2 ਵਾਰ ਬੰਦ ਕਰਦੇ ਸਟਾਰਟ ਹੋ ਗਿਆ, ਮੈਂ ਹੁਣ ਨਹੀਂ ਕੀਤਾ। ਹੋਰ ਇੱਥੇ ਜੇ ਬੰਦ ਕਰ ਦੇਵਾਂ ਸਟਾਰਟ ਨਾ ਹੋਵੇ ਮੁੜ ਕੇ ਤਾਂ ਟਰਾਲੀ ਵੀ ਮਗਰ ਧੱਕਾ ਤੋਂ ਕਵੇਂ ਲੱਗਣਾ, ਟੋਚ ਨਹੀਂ ਪਾਉਣਾ ਪੈਣਾ। ਅਤੇ ਅੱਜ ਰਾਤ ਨੂੰ ਵਾਹਵਾਂਗੇ ਅਲਟੀਨੇਟ, ਉਹ ਤੁਹਾਨੂੰ ਅਗਲੇ ਵਲੋਗ 'ਚ ਦਿਖਾਊਂਗਾ ਮੈਂ। ਅੱਜ ਤਾਂ ਕਣਕ ਹੀ ਵੱਢੀ ਆਪਾਂ, ਪੈ ਗਿਆ ਪਹਿਲਾ ਡੈਕ ਅਤੇ ਆਹ ਖੇਤ ਦੀ ਆਪਾਂ ਕਣਕ ਪਵਾ ਕੇ ਮੰਡੀ 'ਚ ਜਾਣਾ ਲਾਉਣ, ਅਤੇ ਜਿਹੜਾ ਫਿਰ ਪਰਲੇ ਖੇਤ ਰਹਿਣਗੇ ਉਹ ਪੈਣਗੇ ਜੋੜੀ ਵਾਲੇ ਟਰਾਲੀ 'ਚ, ਅਤੇ ਫਿਰ ਉਹ ਜਿਹੜਾ ਕਲੋਨੀ ਵਾਲੇ ਖੇਤ ਆਪਣੇ ਉਹ ਸਾਰੇ ਇਹਦੇ ਵਿੱਚ ਪੈਣਗੇ, ਫੁੱਲ ਹੋ ਜੂ ਟਰਾਲੀ। ਜਾਣੀ ਕਿ ਹੁਣ ਆਪਾਂ ਆਹ ਖੇਤ ਪਾ ਕੇ ਭੱਜ ਕੇ ਲਾ ਕੇ ਆਉਣਾ ਮੰਡੀ 'ਚ ਮੇਰੇ ਵੀਰੋ, ਅਤੇ ਮਿੱਟੋ ਮਿੱਟੀ ਹੋ ਗਏ ਕਹਿੰਦੇ ਕੰਮ ਪੂਰਾ। ਇੱਥੇ ਗਰਦ ਸਿੱਧੀ ਆਈ ਹੁਣ, ਜਾਣੀ ਕਿ ਸਾਰਾ ਭਰ ਗਿਆ ਆਪਾਂ। ਹੁਣ ਇਦੋਂ ਬਾਅਦ ਚੱਲਦੇ ਹਾਂ ਖੇਤ ਦਾ ਪਵਾ ਕੇ ਸਮਾਨ ਬਾਹਰੇ, ਟਰਾਲੀ ਲਈ ਜਾਂਦੇ ਹਾਂ ਆਪਾਂ ਮੰਡੀ ਵੱਲ ਨੂੰ। ਜਿੰਨੀ ਕੁ ਇਹਦੇ ਵਿੱਚ ਕਣਕ ਉਹ ਸਾਰੀ ਆਪਾਂ ਮੰਡੀ 'ਚ ਲਾ ਕੇ ਅਤੇ ਚੱਲਣਾ ਦੂਜੀ ਮੋਟਰ 'ਤੇ। ਰਾਹ 'ਚ ਡਰਾਈਵਰ ਨੂੰ ਵੀ ਚੱਕਦੇ ਹਾਂ, ਪਾਣੀ ਦੀ ਪਿਆਸ ਬਹੁਤ ਲੱਗੀ, ਉਹਨੂੰ ਕਿਹਾ ਪਾਣੀ ਲੈ ਗਿਆ ਪਹਿਲਾਂ ਤਾਂ। ਹੁਣ ਚੱਲਦੇ ਹਾਂ ਮੰਡੀ ਵੱਲ, ਟੋਇਆਂ 'ਚ ਕਹਿੰਦੇ ਟੋਏ ਖਾਂਦੇ ਮੇਰੇ ਵੀਰੇ। ਉਹ ਦੂਜੀ ਮੋਟਰ 'ਤੇ ਪਹੁੰਚ ਗਏ। ਹਾਂ ਵੀ ਕੀ ਲੈ ਕੇ ਖਾਣ ਨੂੰ? ਕਿਹੜਾ ਕੁਛ ਕਿਹਾ ਸੀ? ਇੱਕ ਪੈਟੀ, ਇੱਕ ਕੋਕ। ਪੈਟੀਆਂ ਦੋ ਨੇ? ਤਿੰਨ। ਤਿੰਨ ਕਿਵੇਂ? ਮੈਂ ਇੱਕ ਅੱਧੀ ਮਿੰਟ ਹੀ ਹੋਰ ਖਾ ਲੈਣਾ ਹੁੰਦਾ। ਠੀਕ ਆ, 3 ਪੈਟੀਆਂ ਇੱਕ ਕੋਕ ਹੋਣੇ ਖਾ ਪੀ ਕੇ। ਅਤੇ ਆਪਣੀ ਮਸ਼ੀਨ ਚੱਲ ਰਹੀ ਆ, ਕਿੱਧਰ ਚੱਲ ਰਹੀ ਆ? ਨਹੀਂ ਚਲੇਗੀ ਉਹ ਖੇਤ 'ਚ ਸੀਗੀ, ਉਹ ਜਾ ਰਹੀ ਆ ਰਾਹ 'ਚ। ਇਹ ਤਾਂ ਆਪਾਂ ਸਾਰਾ ਵੱਢਣਾ, ਇਹ ਉਹ ਸਿਰੇ ਦਿੱਕਰ, ਇਹ ਉਹ ਸਫੈਦੇ ਦਿੱਕਰ, ਸਾਰਾ ਵੱਢ ਕੇ ਫੇਰ ਵੇਲੀ। ਪਰ ਬੈਠਾ ਬੈਠਾ ਡੈਪਿਆ ਕਹਿੰਦੇ ਮੋਟਰ ਹੈਲ ਦਿਓ, ਉਹ ਸੈੱਟ ਤਾਂ ਮੋਟਰ ਹੈਲ। ਇੱਥੇ ਰੱਖ ਮੁੰਡੇ ਨੇ ਕਹਿੰਦੇ ਤੋੜਤਾ ਕੋਨਾ ਕੋਈ ਦਾ, ਟੁੱਟ ਗਿਆ ਵੀ ਕਹਿੰਦੇ। ਹੁਣ ਲੱਗਿਆ ਟਰਾਲੀ ਕੱਢਣ, ਉਹ ਜਿਹੜਾ ਮਸ਼ੀਨ ਦਾ ਸਕੰਜਾ ਜਿਹਾ ਹੁੰਦਾ ਪਿੱਛੇ ਜਿਹਦੇ 'ਤੇ ਆਪਣਾ ਕੱਟਾ ਟੰਗਿਆ ਹੁੰਦਾ, ਉਹ ਲੈ ਕੇ ਆਉਣਾ ਇੱਥੇ, ਕਿਉਂਕਿ ਆਪਣੇ ਆਹ ਲਾਸਟ 1 ਕਿੱਲੇ ਆ। ਫਿਰ ਉਹ ਮਸ਼ੀਨ ਵਾਲੇ ਇੱਥੋਂ ਸਕੰਜਾ ਜਿਹਾ ਪਾ ਗਿਆ ਤਾਂ ਚਲੇ ਜਾਣਗੇ। ਕਹਿੰਦੇ ਇਹਨਾਂ ਦਾ ਆਹ ਸਕੰਜਾ ਜਿਹਾ ਲਿਆਂਦਾ ਆਪਾਂ। ਹਾਂ ਟਰਾਲੀ ਨਾ ਪਾਈ ਤੂੰ ਰਹਿਣ ਦੇ,
ਰਹਿਣਾ ਤੇ ਰਹਿਣਾ ਤੇ ਮੈਂ ਆਪੇ ਬਣਨਾ। ਓਏ ਐਵੇਂ ਕਰਦਾ ਇੱਧਰ ਧੂੜੋ ਧੂੜ ਕੰਮ ਹੈ ਪੂਰਾ। ਇੱਧਰ ਆਪਾਂ ਛੱਡਤਾ ਉਰੇ ਟਰਾਲੀ ਲਈ ਪਾ, ਹੁਣ ਜਦੋਂ ਹਾਰਨ ਵੱਜਿਆ ਆਪਾਂ ਜਿਹੜੀ ਟਰੈਕਟਰ ਲੈ ਜਾਣਾ ਦਵਾ ਲੈ ਕੇ ਕਹਿੰਦੇ ਖੇਤ ਤੇ ਬੈਠ ਮੇਰੇ ਵੀਰੋ ਹੁਣ ਲੱਗ ਗਏ ਵੱਢ ਲਿਓ। ਉਹ ਖੱਤਾ ਉੱਚਾ ਵਾ ਪਰਲਾ, ਇੱਕ ਇੱਕ ਵੱਢ ਲਿਓ। ਬਾਈ ਨੇ ਹੈ ਨਾ ਦੋ ਖੱਤੇ ਸੀਗੇ, ਉਹ ਬਾਈ ਨੇ ਵੱਟਾ ਕਿਹੜਾ ਲਾਤਾ ਇੱਥੋਂ, ਇੱਕ ਇੱਕ ਖੇਤ ਕਰਕੇ ਵੱਢਣਾ ਸੀ ਨਹੀਂ ਤਾਂ। ਮਸ਼ੀਨ ਵੀ ਜਿਹਨੂੰ ਹਟ ਜਾਂਦੀ ਜੋ ਦੂਰ ਚਲੇ ਜਾ, ਲੈਟਰ ਹੀ ਨਹੀਂ ਗਿਆ ਦੂਰੋਂ, ਇੰਨੀ ਧੂੜ ਹੋ ਜਾਂਦੀ ਆ। ਆਹ ਕਿੰਨਾ ਗਾਹ ਪੈਂਦਾ ਉਹਦੇ ਕੈਮਰੇ ਦੇ। ਲਓ ਵੀ ਮੇਰੇ ਵੀਰੋ ਡੈਕ ਭਰ ਗਿਆ, ਬਸ ਇੱਧਰਲੇ ਏਰੀਏ ਜਾ ਕੇ ਪਾਉਣਾ ਮਸ਼ੀਨ ਵਾਲਾ ਬਾਈ ਚਲਾ ਕੇ ਦੇ ਦਾਂਗਾ। ਲਓ ਵੀ ਕਹਿੰਦੇ ਮੇਰੇ ਵੀਰੋ ਇੱਧਰਲੀ ਲਾਈਨ ਜਾ ਕੇ ਡੈਕ ਭਰ, ਮਿੱਟੀ ਧੂੜ ਕਹਿੰਦਾ ਸਿਰਾ ਹੋਇਆ ਪਿਆ। ਇਹ ਗਾਣਗਾ ਵੱਡੀਆਂ ਸੌਖੀਆਂ ਨੀ ਮੇਰੇ ਵੀਰੋ, ਡਰਾਈਵਰ ਨੂੰ ਪੁੱਛੋ ਦਿਨ ਚ ਦੋ ਦੋ ਤਿੰਨ ਤਿੰਨ ਵਾਰ ਨਹਾਉਂਦਾ ਹੈ। ਅੱਡ ਤੋੜ ਮਿਹਨਤ ਨਹੀਂ ਕਰਦੇ। ਲੈ ਵੀ ਕਹਿੰਦੇ ਦੋ ਤਿੰਨ ਦਿਨ ਦੋ ਤਿੰਨ ਵਾਰ ਦਿਹਾੜੀ ਚ ਨਹਾਉਣਾ ਪੈਂਦਾ, ਹੱਡ ਤੋੜ ਮਿਹਨਤਾਂ ਹੋ ਜਾਂਦੀਆਂ। ਰਾਜੀ ਖੁਸ਼ੀ ਰਹਿਣ ਪਿੱਛੋਂ ਘਰ। ਲੈ ਵੀ ਕਹਿੰਦੇ ਘਉ ਘਉ ਕਰਦੀ ਆ, ਨਵੀਂ ਮਸ਼ੀਨ ਲਈ ਆ ਕਹਿੰਦੇ, ਇਹ ਖੈਂਸਰਾਂ ਖੂਸਰਾਂ ਦੀ ਚੱਲਦੀ ਆ ਹੈ ਕਿਉਂ। ਲੈ ਵੀ ਕਹਿੰਦੇ ਅੱਜ ਰਾਤ ਨੂੰ ਅਲਟੀਮੇਟਰ ਲਵਾਉਣਾ, ਤੁਹਾਨੂੰ ਅਗਲੇ ਵਲੌਗ 'ਚ ਦਿਖਾਵਾਂਗੇ ਕਿਹੜਾ ਲਵਾਉਣ ਲੱਗੇ। ਲਓ ਵੀ ਇੱਕ ਡੈਕ ਹੋਰ ਪਾ ਰਿਹਾ, ਕਹਿੰਦੇ ਮਸ਼ੀਨ 'ਚ ਫਸ ਕੇ ਡਾਲ ਐਂ ਕੱਢਣੇ ਪੈਂਦੇ ਆ। ਮੈਂ ਕਿਹਾ ਮਸ਼ੀਨ 'ਚ ਡਾਲ ਫਸ ਕੇ ਐਂ ਕੱਢਣੇ ਪੈਂਦੇ ਆ। ਲੈ ਵੀ ਕਹਿੰਦੇ ਆਹ ਖੇਤ 'ਤੇ ਦੋ ਕਿਹੜੇ ਦੋ ਨਹੀਂ ਉਹ ਖਾਸੇ ਆ, ਦੂਰੋਂ ਲਾਤੇ ਥੋੜ੍ਹੇ ਰਹਿ ਗਏ, ਕਾਣ 'ਚ ਥੋੜ੍ਹਾ ਖੇਤ ਹੈਗਾ। ਲਓ ਵੀ ਕਹਿੰਦੇ ਲਾਸਟ ਕਿਹੜਾ ਖੇਤ ਆ, ਫਿਰ ਆਪਾਂ ਟਰਾਲੀ ਲੈ ਜਾਣੀ ਉਹਰੋਂ, ਅਤੇ ਪਰਲੇ ਕੰਧ ਭਾਰ ਇੱਕ ਖੇਤ ਆ ਉਹ ਜੌਂਡੀਅਰ 'ਚ ਪੈ ਜੂ, ਉਹ ਭਰੇ ਚਲੇ ਗਿਆ। ਡਰਾਈਵਰ ਕਹਿੰਦੇ ਜਿੱਦਾਂ ਟਰੈਕਟਰ 'ਤੇ ਹੀ ਆ, ਆਪਾਂ ਭਰੇ ਚਲੇ ਗਏ ਮਾੜਾ ਜਿਹਾ। ਟੋਟਾ ਓਕੇ ਆ ਗੂਠਾ ਚੱਕਦਾ ਮੁੰਡੇ ਨੇ। ਲੈ ਵੀ ਕਹਿੰਦੇ ਆ ਟਰਾਲੀ ਪਵਾ ਕੇ ਲੈ ਕੇ ਚੱਲਦੇ ਆ। ਹੋ ਵੀ ਹੁਣ ਲੈ ਕੇ ਚੱਲਦੇ ਮੰਡੀ 'ਚ, ਹੌਲੀ ਹੌਲੀ ਲਿਆਉਣਾ ਉੱਤੇ ਨੂੰ।